ਹਾਜ਼ਰੀਨ ਮਹਿਫਲ ਸਾਰੀ ਮਹਿਫਲ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਨਮਸਤੇ ਉਸ ਤੋਂ ਬਾਅਦ ਕੇ ਅਸਲਾਮੁ ਅਲੈਕਮ ਮੈਂ ਐਡਾ ਵੱਡਾ ਫਨਕਾਰ ਨਹੀਂ ਹੂੰ ਸਿਰਫ ਮੈਂ ਇੱਕ ਦਰਵੇਸ਼ ਹੂੰ ਅਤੇ ਵਲੀ ਦਾ ਨਾਮ ਹੈ ਜਿਸ ਵਲੀ ਦਾ ਨਾਮ ਪੂਰੀ ਦੁਨੀਆ ਲੈਂਦੀ ਹੈ ਉਹ ਸਭ ਦਾ ਮਾਲਿਕ ਇਹ ਇਕੱਲਾ ਹੈ ਜਿਸ ਨੂੰ ਸਾਰੀ ਪੁਕਾਰ ਹਾਂਜੀ ਹਜ਼ੂਰ ਹਜ਼ਰਤ ਬਾਬਾ ਬੁੱਲੇ ਸ਼ਾਹ ਦਾ ਸਰਕਾਰ ਮੁਰੀਦ ਸ਼ਾਹ ਅਨੈਤ ਕਾਦਰੀ ਦੇ ਸੀ ਅਤੇ ਸਰਕਾਰ ਦਾ ਸਬਕ ਮਿਲਿਆ ਤਾਂ ਸਰਕਾਰ ਨੂੰ ਵਜਦ ਆ ਗਿਆ ਜਿਸ ਵਕਤ ਵਜਦ ਆਇਆ ਤਾਂ ਆਪ ਜੁੰਮਣ ਲੱਗ ਗਏ ਹੇ ਕੱਲਾ ਦਾ ਬੰਦਾ ਲੱਗਿਆ ਤਾਂ ਫਰਮਾ ਦੇਣਾ ਬੁੱਲੇ ਕੀ ਕਰ ਰਿਹਾ ਆਖਿਆ ਯਾਰ ਸਰਕਾਰ ਦਾ ਦੀਦਾਰ ਆ ਰਿਹਾ ਅਤੇ ਝੂਮ ਰਿਹਾ ਆਖਿਆ ਇਸ ਤਰੀਕੇ ਨਹੀਂ ਹੁੰਦਾ ਆਖਿਆ ਹੋਰ ਆਖਿਆ ਚੱਲ ਨਮਾਜ਼ ਪੜ੍ਹ ਤਸਬੀਹ ਪੜ੍ਹ ਓਏ ਅੱਲਾ ਅੱਲਾ ਕਰ ਜਾਂ ਮੰਦਰ ਚੱਲ ਜਾਂ ਮਸਜਿਦ ਚੱਲ ਅਤੇ ਫਿਰ ਦੀਦਾਰ ਮਿਲ ਸਹੀ ਆਖਿਆ ਮੇਰੇ ਯਾਰ ਨੇ ਨਹੀਂ ਦੱਸਿਆ ਆਖਿਆ ਤੇਰੇ ਯਾਰ ਨੇ ਕਿਆ ਦੱਸਿਆ ਤਾਂ ਹਜ਼ੂਰ ਹਜ਼ਰਤ ਬਾਬਾ ਬੁੱਲੇ ਸ਼ਾਹ ਦੱਸ ਰਿਹਾ ਕਿ ਮੇਰੇ ਯਾਰ ਨੇ ਇਹ ਦੱਸਿਆ ਕਿਸੇ ਭੁੱਖੇ ਨੂੰ ਰਜਾਇਆ ਹੀ ਤਾਂ ਦੱਸ ਉਹ ਕਿਸੇ ਰੋਂਦੇ ਨੂੰ ਹਸਾਇਆ ਹੀ ਤਾਂ ਦੱਸ ਜਾਂ ਕਿਸੇ ਡਿੱਗੇ ਨੂੰ ਉਠਾਇਆ ਹੀ ਤਾਂ ਦੱਸ ਉਹ ਜਾਂ ਕਿਸੇ ਵਿਛੜੇ ਨੂੰ ਮਿਲਾਇਆ ਹੀ ਤਾਂ ਦੱਸ ਕੋਈ ਨਾ ਕਿਸੇ ਦੇ ਦਿਲ ਦਾ ਫਟ ਤੂੰ ਸੀਤਾ ਉਹ ਲੱਖ ਪੜੇ ਤਸਬੀ ਤੇ ਕੱਖ ਨਹੀਂ ਉਹ ਕੀਤਾ ਉਹ ਯਾਰ ਰਾਜ਼ੀ ਹੁੰਦਾ ਕਿਸੇ ਦੀ ਹਲਫ ਉਠਾ ਯਾਰ ਰਾਜ਼ੀ ਹੁੰਦਾ ਕਿਸੇ ਦੀ ਭੁੱਖੇ ਨੂੰ ਰਜਾ ਯਾਰ ਰਾਜ਼ੀ ਹੁੰਦਾ ਕਿਸੇ ਰੋਂਦੇ ਨੂੰ ਹੱਸਾ ਯਾਰ ਰਾਜ਼ੀ ਹੁੰਦਾ ਕਿਸੇ ਵਿਛੜੇ ਨੂੰ ਮਿਲਾ ਤਦ ਯਾਰ ਰਾਜ਼ੀ ਹੁੰਦਾ ਹੀ ਤਾਂ ਫਰਮਾਦਾ ਹਜ਼ਰਤ ਬਾਬਾ ਬੁੱਲਾ ਤੂੰ ਕਿਹੜੀ ਗੱਲ ਨੂੰ ਲੱਗ ਗਿਆ ਆਖਿਆ ਯਾਰ ਤੂੰ ਆਪਣੇ ਯਾਰ ਨਾਲ ਦੇ ਸਾਨੂੰ ਆਪਣੇ ਯਾਰ ਤੱਕ ਰਾਣ ਦੇ ਤਾਂ ਹਜ਼ਰਤ ਬਾਬਾ ਬੁੱਲੇ ਸ਼ਾਹ ਕਿਆ ਫਰਮਾ ਰਿਹਾ ਜੀ ਬਈ ਹੁਣ ਬਸ ਕਮਲੀ
ਰਾਤੀ ਜਾਗੇ ਸ਼ਾਇਕ ਸਦਾ ਵੀ ਹੋ ਰਾਤੀ ਜਾਗਣ ਉੱਤੇ ਤੈਥੀ ਤੇ ਆ ਰਾਤੀ ਜਾਗਣ ਸ਼ਾਇਕ ਸਦਾ ਵੀ ਰਾਤੀ ਜਾਗਣ ਉੱਤੇ ਤੈਥੀ ਤੇ ਆ ਸਾਰੀ ਰਾਤ ਭੌਕਦੇ ਰਹੇ ਸੁਭਾ ਜਾ ਰੌੜਾ ਤੇ ਸੁੱਤੇ ਤੈਥੀ ਤੇ ਉਹ ਦਰਮਾ ਲੱਗਦਾ ਛੱਡਦੇ ਨਾਈ ਸਰਕਾਰ ਨੇ ਸੱਦਾ ਮਾਰਿਆ ਤੇ ਹਜ਼ੂਰ ਹਜ਼ਰਤ ਬਾਬਾ ਬੁੱਲੇ ਸ਼ਾਹ ਆ ਗਿਆ। ਰਸਤੇ ਆਉਂਦੇ ਨੇ ਕੀ ਵੇਖਦੇ ਨੇ, ਇੱਕ ਬਾਗ ਹੈ ਉਹਦੇ ਚ ਅੰਬ ਨੇ, ਨਜ਼ਰ ਪੈ ਗਈ ਵਲੀ ਦੀ ਤੇ ਉੱਥੇ ਹੀ ਖਿਆਲ ਆ ਗਿਆ ਉਹਦੇ, ਯਾ ਨਜ਼ਰ ਕੀਤੀ ਤਾਂ ਅੰਬ ਝੋਲੀ ਚ ਝੁੱਕ ਗਏ। ਬੁੱਲੇ ਸ਼ਾਹ ਨੇ ਤੋੜ ਲਿਆ, ਖਾਵਾਂ ਦਾ ਇਰਾਦਾ ਕੀਤਾ ਤਾਂ ਸਦ ਸਰਕਾਰ ਦਾ ਵੱਧ ਗਿਆ। ਬੁੱਲੇ ਵੇਖਦਾ ਆਖਿਆ, ਜੀ ਮੁਰਸ਼ਿਦ ਆਖਿਆ, ਇਹ ਕਿਆ ਆਈ? ਆਖਿਆ, ਹਜ਼ੂਰ ਅੰਬ। ਪੁੱਛਿਆ,
آکھے حضور نہیں آکھے ایک سید خاطر حضرت ابو صالح صاحب حضرت ابو صالح صاحب کئی سال گزارے آپ نے پوچھا ہی نہیں آکھے حضور غلطی ہو گئی آکھے غلطی دی سزا آکھے حضور جے میں حکم ہوئے آکھے جتھے توڑے ہی اتھے لا دے حضور حضرت بابا بلے شاہ ویکھیا آکھے حضور اتھی گجائس نہیں آکھے مڑ بلے دا کی سمجھاونا ایتھو پٹنا اے درلاونا یا اشارہ کیتا امب چولی چوڑے اتھے جا کے لاگے بلے نو خالی کر دیتا جنی کی دتا کوشش سی وہ سارا کھو لیا حضرت بابا بلے شاہ آکھے ابھی ہون کیا کوئی طریقہ کرا یار نو مناون دا گیا گانے وجانے والے دے کول آکھے بھائی ساری کمائی لے لینی ایک دن دی کمائی نہیں دینی آکھے او کیڑی آکھے جس طرح اسی یار نو مناونا آکھے سارا سودا منظور ہے حضور حضرت بابا بلے شاہ سرکار نے چٹھی لکھی چٹھی لکھ تے پیش کیتی تے گانا وجانا کسی کیا سکھ تے پیری گنگرو پائے سر تے دوپٹا کیتا تے حضور دی حاضری جا کے گیا جا کے چٹھی پیش کر دیتی تے پوچھ رہا ہے تو سرکار نے فرما دے رہے حضور ٹائم لینا چاہنے ہیں آکھا بے کون نے تے کتھوں نے آکھا حضور قصور دے آکھا میرے بلے دے پنڈ دے نے جنہ ٹائم لینا لے لو حضور حضرت بابا بلے شاہ نچ کے یار منایا تے کس طریقے منایا Hey!
منزل عشق دی مقام عشق دا کہ جدا الف تو آپ اکلا تھا اودا تب کو کوئی نشانی الف میم پوردا کیتا سر ٹوپی گل گانی کنی تارے بدلی چمکی جو بدلی چمکانی کن فیا کون آواز آیا کہ میں تب کو ہیر دیوانی سرکار جدا الف تو آپ آئے سرکار نو عشق لگ گیا تو عشق دا مقام کیسا لمبا ہویا Thank you.
ਔਖੇ ਪੈਂਦੇ ਲੰਮੀਆਂ ਨੀ ਰਾਵਾਂ ਇਸ਼ਕ ਦੀਆਂ ਦਰਦ ਜਿਗਰ ਸਖਤ ਸਜ਼ਾਵਾਂ ਇਸ਼ਕ ਦੀਆਂ ਔਖੇ ਪੈਂਦੇ ਉਹ ਲੰਮੀਆਂ ਨੀ ਰਾਵਾਂ ਇਸ਼ਕ ਦੀਆਂ ਦਰਦ ਜਿਗਰ ਸਖਤ ਸਜ਼ਾਵਾਂ ਇਸ਼ਕ ਦੀਆਂ ਅੱਲਾ
ਸ਼ੇਰ ਬਾਅਦ ਤੇ ਆਪ ਦਾ ਆਲਾਪ ਹਜ਼ਰਤ ਅਮੀਰ ਖੁਸਰੋ ਨਿਜ਼ਾਮੋਦੀਨ ਔਲੀਆ ਸਰਕਾਰ ਨੇ ਤਬਲੀਗ ਕੀਤੀ ਗਈ ਤੇ ਇੱਕ ਸਰਦਾਰ ਨੇ ਕਿੰਗ ਤੁੰਬਾ ਸੁਣਾਇਆ ਤੇ ਸੋਚਿਆ ਕਿ ਮੈਂ ਵੀ ਪਾਕਿਸਤਾਨੀ ਹਾਂ, ਇੰਡੀਆ 'ਚ ਆ ਕੇ ਸੁਣਿਆ ਤੇ ਮੈਂ ਵੀ ਪਾਕਿਸਤਾਨੀ ਜਾ ਕੇ ਤੁੰਬਾ ਸੁਣਾਵਾਂ ਤੇ ਮੈਂ ਵੀ ਤੁੰਬਾ ਬਣਾ ਕੇ ਅੱਜ ਪੇਸ਼ ਕਰ ਰਿਹਾ। ਚੱਲ ਬੁੱਲਿਆ ਚੱਲ ਉੱਥੇ ਚੱਲੀ ਵੇ ਜਿੱਥੇ ਹੋਵਣ ਅਕਾਲ ਦੇ ਅੰਨੇ, ਨਾ ਕੋਈ ਤੇਰੀ ਜ਼ਾਤ ਪਛਾਣੇ ਵੀ ਹਈਆ ਨਾ ਕੋਈ ਤੈਨੂੰ। ਸਦਕੇ ਪਾਕ ਕੁਰਾਨ ਜਿੰਦਵਾਰਾ ਨਬੀ ਦੀ ਸ਼ਾਨ ਤੂੰ, ਜਿੰਦਵਾਰਾ ਨਬੀ ਦੀ ਸ਼ਾਨ ਤੂੰ, ਜਿੰਨਾ ਹੱਕ ਦਾ ਰਾਹ ਵਿਖਾਇਆ ਏ ਉਹਨਾਂ ਝੂਠ ਮਨਾ ਫਰਮਾਇਆ ਏ। ਸਾਈਂ ਜ਼ਹੂਰ ਦੀਵਾਨਾ ਕਹਿੰਦਾ ਏ ਉਹ ਜਿਹੜਾ ਨਾਮ ਅੱਲਾ ਦਾ ਲੈਂਦਾ ਏ, ਅੱਲਾ ਲਾਲਾ ਤੁੰਬਾ ਕਹਿੰਦਾ ਏ, ਅੱਲਾ ਲਾਲਾ ਤੁੰਬਾ ਕਹਿੰਦਾ ਏ, ਅੱਲਾਹੂ ਅੱਲਾਹੂ ਅੱਲਾਹੂ। ਅੱਲਾਹੂ ਅੱਲਾਹੂ ਅੱਲਾਹੂ।
ہندوستان تے پاکستان اجے بنیا نہیں سرکار حضرت بابا بلے شاہ نے پہلے لکھ دیتا تے سرکار نے کی لکھیا ہے سرکار لکھے آئے تے کی فرمانا ہے وہ کتھے 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 جانا Thank you.
ਡੇਢ ਘੰਟਾ ਸ਼ਾਹ ਜੀ ਸਰਕਾਰ ਨੇ ਫਰਮਾਇਆ ਥੋੜੀ ਜਿਹੀ ਆਵਾਜ਼ ਦੀ ਆਵਾਜ਼ ਉੱਚੀ ਗਈ ਮੈਂ ਥੋੜਾ ਘੱਟ ਸੁਣੀਂਦਾ ਮੈਂ ਇਸ ਲਈ ਮਿਲਿਆ ਕੋਈ ਜਦ ਮੈਂ ਆਪਣੇ ਆਪ ਜਾਤੀ ਮਾਰੀ ਤੇ ਮੈਥੋਂ ਬੁਰਾ ਹੀ ਨਾ ਸਰਕਾਰ ਕੀ ਫਰਮਾਉਂਦੇ ਨੇ Thank you.
ਛੜਿਆ ਛੜ ਮੁਰਸ਼ਦ ਦੇ ਅੱਗੇ ਧਰਿਆ ਮੁੱਲੇ ਸ਼ਾਹ ਨੇ ਕੀ ਨਾ ਛੜਿਆ ਛੜ ਮੁਰਸ਼ਦ ਦੇ ਅੱਗੇ ਧਰਿਆ ਦਮ ਦਮ ਮੋਤੇ ਫਿਰ ਦਾ ਪੜਿਆ ਨਾਨਕ ਸੀ ਅਤੇ ਮਦੀਨੇ ਗਿਆ ਚਲਾ ਜਿਸ ਵਕਤ ਸਰਕਾਰ ਮਦੀਨੇ ਗਿਆ ਜਾ ਕੇ ਲੱਤਾਂ 'ਤੇ ਕੀਤੀਆਂ ਅਤੇ ਹੋ ਕੇ ਸੌਂ ਰਿਹਾ ਅਤੇ ਸਾਡੇ ਮੁਸਲਮਾਨਾਂ ਵੇਖਿਆ ਉਹਨਾਂ ਕੀਤਾ ਬਾਬਾ ਜੀ ਇਹਦੇ ਸਾਡਾ ਮੱਕਾ ਹੀ ਇਹਦੇ ਸਹੀਦਾ ਇਹਦੇ ਨਾਲ ਲੱਤਾਂ ਕਰ ਆਖਿਆ ਕਿਸ ਪਾਸੇ ਕਰਾਂ ਆਖਿਆ ਜਿਹਦੇ ਸਾਡਾ ਸਹੀਦਾ ਨਹੀਂ ਹੈ ਉਹਦੇ ਲੱਤਾਂ ਕਰ ਆਖਿਆ ਪੁੱਤਰ ਮੈਂ ਤਾਂ ਬੁੱਢਾ ਬੰਦਾ ਤੁਸੀਂ ਮੇਰੀ ਲੱਤਾਂ ਪਕੜੋ ਜਿਹੜੇ ਪਾਸੇ ਨਹੀਂ ਹੈ ਤੁਹਾਡਾ ਕਾਬਾ ਉਸ ਪਾਸੇ ਕਰ ਦਿਓ ਉਹਨਾਂ ਲੱਤਾਂ ਪਕੜੀਆਂ ਫਿਰ ਅੱਜ ਇਸ ਪਾਸੇ ਫਿਰ ਉਸ ਪਾਸੇ ਕਾਬਾ ਹੋਵੇ ਫਰਮਾਇਆ ਬਾਬਾ ਇਹ ਕਿਆ ਜਾਦੂ ਕੀਤਾ ਜੀ ਆਖਿਆ ਕਿਉਂ ਆਖਿਆ ਜਿਹਦੇ ਅਸੀਂ ਫਿਰ ਵੇਖਦੇ ਹਾਂ ਉੱਦਾਂ ਹੀ ਕਾਬਾ ਇਹ ਬਤਾਈਏ ਆਪਦਾ ਨਾਮ ਕੀ ਹੈ ਆਖਿਆ ਬੇਟਾ ਇਹ ਵੀ ਨਾ ਪੁੱਛ ਆਖਿਆ ਕਿਉਂ ਆਖਿਆ ਕਲਮਾ ਕਹਾ ਤਾਂ ਕੱਲ ਪਵੇ ਸ਼ੋਰ ਪਾਉਂਦਾ ਹੈ ਕਲਮਾ ਕਹਾ ਤਾਂ ਕੱਲ ਪਵੇ ਔਰ ਬਿਨ ਕਲਮੇ ਵੀ ਨਾ ਨਹੀਂ ਬਗੈਰ ਕਲਮੇ ਤੋਂ ਵੀ ਨਹੀਂ ਆ ਕਲਮਾ ਵੀ ਪੜ੍ਹਨਾ ਕਲਮਾ ਕਹਾ ਤਾਂ ਕੱਲ ਪਵੇ ਔਰ ਬਿਨ ਕਲਮੇ ਵੀ ਨਾ ਉਹ ਹਿੰਦੂ ਕਹਾ ਤਾਂ ਮਾਰਿਆ ਪਰ ਮੁਸਲਮਾਨ ਵੀ ਨਾ ਉਹ ਪੰਜ ਤੱਤ ਕਾ ਪੁਤਲਾ ਤੇ ਗੁਰੂ ਨਾਨਕ ਮੇਰਾ ਨਾਂ ਬਾਬਾ ਜੀ ਬਾਤ ਇੱਕ ਸਭ ਦਾ ਮਾਲਿਕ ਇਹ ਇਕੱਲਾ ਹੈ ਇਹ ਦੁਆ ਕਰਨਾ ਮੌਲਾ ਸਭ ਨੂੰ ਇਤਫਾਕ ਕਰਨ ਦੀ ਹਮਦਰਦੀ ਕਰਨ ਦੀ ਪਿਆਰ ਕਰਨ ਦੀ ਰੱਬ ਸਭ ਨੂੰ ਤੌਫੀਕ ਦੇਵੇ ਬਸ ਅਤੇ ਸਭ ਦੀਆਂ ਖਾਹਿਸ਼ਾਂ ਮਨਜ਼ੂਰ ਹੋਣ ਥੈਂਕ ਯੂ ਵੈਰੀ ਮੱਚ ਸਤਿ ਸ਼੍ਰੀ ਅਕਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਨਮਸਤੇ ਅਤੇ ਅਸਲਾਮ ਵਾਲੇਕੁਮ ਯਾ ਅਲੀ ਮਦਦ